गाइस अस्सलाम वालेकुम सत श्री अकाल आदाब एंड वेलकम बैक टू आवर चैनल। मैं आलीजा और मैं हिस्पा मैं हजमल। सो गाइस आई होप आप सारे बढ़िया होगी, ठीक ठाक हो, हमेशा खुश हो, रब आपते मेहर करे। बिल्कुल गाइस, रब आपते मेहर करे, दिन रात तरक्की करो, साडी वीडियो ने इसी तरह एंजॉय कर दे रहे हो। सो गाइस दी जो साडी रिएक्शन एक पंजाबी सॉन्ग ते है, सॉन्ग बहुत ही प्यारा है, उसका नाम भी बहुत वधिया है, कड़ा, और सिंगर जो ने हनी सिद्धू जी ने, और ऐसी वीडियो रिक्वेस्ट साडे एक व्यूअर ने कीती सी, उनका बहुत ज्यादा शुक्रिया। सो आजो फिर सुनने सॉन्ग और करते हैं रिएक्शन। बिल्कुल जी, गाना बहुत ही ज्यादा प्यारा है और करते हैं वीडियो स्टार्ट। वीडियो स्टार्ट करने से पहले रिक्वेस्ट है कि चैनल को सब्सक्राइब कर लो, नाली बेल आइकन क्लिक कर लो ताकि साडे आने वाली हर वीडियो का नोटिफिकेशन आपको मिलता रहे। सो लेट्स स्टार्ट नाउ वीडियो, रेडी। मैं इतना लगता है शायद पहले भी बनाया है। हनी चलो कहने, व्हाई आर यू वेयरिंग दिस चीप आर्टिकल ऑल द टाइम? चीप, व्हाट इज इट? It's See not cheap, madam. I love cool. Please reply. Tu sone da gajra paya tor hawa karke, main lohe da kada paya kise khaas waja karke. Tu sone da gajra paya tor hawa karke, main lohe हिस्ट्री सी या सोंग गान दा जो मकसद सी वो भी बहुत प्यारा सी कि कड़ा जो है जो साड़ी सिख कम्यूनिटी है उन्हां दे गुरुआं ने जो है उन्हां मतलब क्या होया कि कड़ा किरपान पग जो है ए पा के रखनी है, एक सिख दी पहचान है। तो बिल्कुल किदा हो सकता है कि अगर वो बंदा वो चीज़ ना पाए तो उनकी पहचान जो है समझो ख़त्म हो जाएगी। सिख जो है वह दुरू पहचाने जाते हैं अपनी पग करके, सौ बंदा होए तो एक विच सिख होए जिन्हें पग बने हुए तो वह दुरू पहचाना जाएगा कि ए किस कम्यूनिटी का बंदा है। तो मतलब
ਇੱਕ ਅਲੱਗ ਹੀ ਉਹਨਾਂ ਦੀ ਪਹਿਚਾਣ ਹੈ ਕਿ 100 ਬੰਦੇ ਵਿੱਚੋਂ ਪਰਸਨੈਲਿਟੀ ਹੋਗੀ, ਖੂਬਸੂਰਤ ਪਰਸਨੈਲਿਟੀ ਨਜ਼ਰ ਆਏਗੀ ਬਿਲਕੁਲ। ਔਰ ਜੋ ਕੜਾ ਜੋ ਹੈ ਜਿੱਦਾਂ ਕਿ ਉਹਨਾਂ ਨੇ ਬਿਆਨ ਕੀਤਾ, ਕਹਿੰਦੀ ਇੱਕ ਕੀਮਤ ਹੈ ਔਰ ਉਹ ਕੀਮਤ ਜੋ ਹੈ ਸਾਡੇ ਛੋਟੇ ਛੋਟੇ ਜੋ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੇ ਅਦਾ ਕੀਤੀ ਹੈ, ਛੋਟੇ ਛੋਟੇ ਬੱਚਿਆਂ ਨੇ ਅਦਾ ਕੀਤੀ ਹੈ, ਗੁਰੂਆਂ ਨੇ ਅਦਾ ਕੀਤੀ ਹੈ। ਇਹ ਕੋਈ ਮਤਲਬ ਸਾਨੂੰ ਅਸੀਂ ਸ਼ੌਕ ਨੂੰ ਨਹੀਂ ਪਾਇਆ, ਠੀਕ ਹੈ। ਇਹਦੀ ਇੱਕ ਕੀਮਤ ਹੈ, ਇਹਦੀ ਇੱਕ ਵੈਲਿਊ ਹੈ ਜੋ ਕਿ ਹਰ ਬੰਦਾ ਨਹੀਂ ਸਮਝ ਸਕਦਾ। ਔਰ ਬਿਲਕੁਲ ਜੀ, ਜੋ ਜਿਸ ਮਜ਼ਹਬ ਦੀ ਪਹਿਚਾਣ ਹੈ ਉਹਨੂੰ ਕਾਇਮ ਰੱਖਣਾ ਹੀ ਬਹੁਤ ਵੱਡੀ ਗੱਲ ਹੈ, ਕਿਉਂਕਿ ਅਗਰ ਅਸੀਂ ਉਹਨੂੰ ਹੀ ਕਾਇਮ ਨਹੀਂ ਰੱਖਾਂਗੇ, ਮਤਲਬ ਅਸੀਂ ਮੁਸਲਿਮ ਹਾਂ ਅਤੇ ਅਸੀਂ ਜੋ ਹੈ ਸਾਡੀ ਪਹਿਚਾਣ ਦਾੜ੍ਹੀ ਹੈ ਜਾਂ ਮਤਲਬ ਕੈਪ ਵਗੈਰਾ ਇਸਲਾਮਿਕ ਕੈਪ ਉਹ ਪਹਿਨਣਾ ਹੈ, ਸਿੱਖਾਂ ਦੀ ਜੋ ਪਹਿਚਾਣ ਹੈ ਉਹ ਪੱਗ ਹੈ ਸਭ ਤੋਂ ਵੱਡੀ ਨਿਸ਼ਾਨੀ ਜੋ ਹੈ, ਉਸ ਬਾਅਦ ਜੋ ਹਿੰਦੂ ਕਮਿਊਨਿਟੀ ਹੈ ਉਹਨਾਂ ਦੀ ਆਪਣੀ ਇੱਕ ਪਹਿਚਾਣ ਹੈ, ਅਤੇ ਅਗਰ ਸਾਰੇ ਲੋਕ ਜੋ ਨੇ ਉਹ ਆਪਣੀ ਆਪਣੀ ਪਹਿਚਾਣ ਆਪਣੀ ਆਪਣੀ ਚੀਜ਼ਾਂ ਜੋ ਨੇ ਖਤਮ ਕਰ ਦੇਣਗੇ ਤਾਂ ਫਿਰ ਫਰਕ ਨਹੀਂ ਨਜ਼ਰ ਆਏਗਾ। ਸੋ ਬਹੁਤ ਹੀ ਪਿਆਰਾ ਸੌਂਗ ਸੀ, ਲਿਰਿਕਸ ਬਹੁਤ ਵਧੀਆ ਸਨ, ਮਿਊਜ਼ਿਕ ਬਹੁਤ ਵਧੀਆ ਸੀ, ਵੀਡੀਓ ਬਹੁਤ ਵਧੀਆ ਸੀ, ਉਸ ਬਾਅਦ ਜੋ ਹੈ ਸਭ ਤੋਂ ਵੱਡੀ ਗੱਲ ਐਟੀਟਿਊਡ ਬਹੁਤ ਕਮਾਲ ਦਾ ਸੀ। ਸੋ ਬਹੁਤ ਅੱਛਾ ਲੱਗਾ ਜੀ ਮੈਨੂੰ, ਬਹੁਤ ਕਮਾਲ। ਬਿਲਕੁਲ ਜੀ, ਨੋ ਡਾਊਟ ਕਿ ਸੌਂਗ ਵਾਕਈ ਬਹੁਤ ਹੀ ਖੂਬਸੂਰਤ ਸੀ, ਬਹੁਤ ਕਮਾਲ ਦਾ ਸੀ। ਔਰ ਅੱਜ ਕੱਲ੍ਹ ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਮੁਸਲਮਾਨਾਂ ਨੇ ਇੱਥੇ ਵੀ ਕੜੇ ਪਾਏ ਹੋਏ ਨੇ, ਉਹਨਾਂ ਨੇ ਸ਼ੌਕ ਕਰਕੇ ਪਾਏ ਹੋਏ ਨੇ ਕਿ ਸੋਹਣੇ ਲੱਗਦੇ ਨੇ, ਲੇਕਿਨ ਸਿੱਖ ਕਮਿਊਨਿਟੀ ਜੋ ਹੈ ਉਹਨਾਂ ਦੀ ਇੱਕ ਹਿਸਟਰੀ ਹੈ ਇਸ ਕੜੇ ਦੇ ਪਿੱਛੇ, ਜੋ ਕਿ ਉਹ ਪੂਰੀ ਤਰ੍ਹਾਂ ਸਮਝਦੇ ਨੇ ਔਰ ਇਸ ਚੀਜ਼ ਨੂੰ ਮਤਲਬ ਇੱਕ ਜ਼ਰੂਰੀ ਸਮਝਦੇ ਨੇ ਕਿ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਇਹ ਚੀਜ਼ਾਂ। ਕੁਛ ਲੋਕ ਵੀ ਉਹਨਾਂ 'ਚ ਵੀ ਆਈ ਥਿੰਕ ਕੁਛ ਲੋਕ ਜੋ ਹੈ ਸ਼ੌਕ ਲਈ ਪਾਉਂਦੇ ਹੋਣਗੇ ਇੱਕ ਦੂਸਰੇ ਨੂੰ ਦੇਖ ਕੇ, ਵੈਸੇ ਅਦਰਵਾਈਜ਼ ਜ਼ਿਆਦਾਤਰ ਜੋ ਨੇ ਉਹ ਆਪਣੇ ਕਮਿਊਨਿਟੀ ਦਾ ਹਿੱਸਾ ਸਮਝ ਕੇ ਅਤੇ ਫੇਰ ਪਾਉਂਦੇ। ਬਿਲਕੁਲ ਐਗਜੈਕਟਲੀ, ਗਾਣਾ ਬਹੁਤ ਹੀ ਜ਼ਿਆਦਾ ਪਿਆਰਾ ਸੀ ਔਰ ਬਹੁਤ ਹੀ ਅੱਛਾ ਮੈਸੇਜ ਸੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਇਸ ਕੜੇ ਦੀ ਅਹਿਮੀਅਤ ਦਾ ਨਹੀਂ ਪਤਾ, ਜਿਨ੍ਹਾਂ ਨੂੰ ਨਹੀਂ ਆਈਡੀਆ ਕਿ ਸਿੱਖ ਕੜਾ ਕਿਉਂ ਪਾਉਂਦੇ ਨੇ, ਔਰ ਬਹੁਤ ਅੱਛਾ ਮੈਸੇਜ ਸੀ। ਸਾਨੂੰ ਸਭ ਨੂੰ ਤਾਂ ਗਾਣਾ ਬਹੁਤ ਜ਼ਿਆਦਾ ਅੱਛਾ ਲੱਗਾ, ਆਈ ਹੋਪ ਕਿ ਤੁਹਾਨੂੰ ਵੀ ਅੱਛਾ ਲੱਗਾ ਹੋਏਗਾ। ਔਰ ਅਗਰ ਸਾਡਾ ਰਿਐਕਸ਼ਨ ਅੱਛਾ ਲੱਗੇ ਤਾਂ ਪਲੀਜ਼ ਗਾਇਸ ਚੈਨਲ ਨੂੰ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ।